ਇੰਟਰਸਟ ਕ੍ਰੀਏਟ ਹੋਊਗਾ ਤਾਂ ਹੀ ਉਹ ਪੜਨਗੇ ਤੇ ਪੜਨ ਵੱਲ ਰੁਚੀ ਜਿਹੜੀ ਹੈ ਬਣਾ ਲੈਣੀ ਚਾਹੀਦੀ ਆ। ਇਸ ਤੋਂ ਇਲਾਵਾ ਅੱਜ ਦੇ ਪ੍ਰੋਗਰਾਮ ਸੰਬੰਧੀ ਮੈਂ ਧੰਨਵਾਦ ਕਰਦੀ ਹਾਂ ਇਸ ਫਾਊਂਡੇਸ਼ਨ ਦੇ ਮੈਂਬਰਸ ਦਾ ਜਿਨ੍ਹਾਂ ਨੇ ਇੱਕ ਵਧੀਆ ਜਿਹੜਾ ਹੈ ਸਾਨੂੰ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਅਤੇ ਬੱਚਿਆਂ ਦੇ ਖਾਸ ਤੌਰ 'ਤੇ ਜਿਹੜੇ ਖਾਤੇ ਖੁਲਾਏ ਜਾਂਦੇ ਇਹਨਾਂ ਵੱਲੋਂ ਉਹ ਇੱਕ ਵਧੀਆ ਉਪਰਾਲਾ ਹੈ। ਇਸ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਹੈਗਾ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ, ਪਿੰਡ ਦੇ ਲਈ ਇੱਕ ਵਧੀਆ ਕਾਰਗੁਜ਼ਾਰੀ ਕਹੀ ਜਾ ਸਕਦੀ ਆ, ਤਾਂ ਇਹਦੇ ਲਈ ਵੀ ਇਹ ਧੰਨਵਾਦੀ ਆ ਇਸ ਕੰਮ ਦੇ ਲਈ ਅਤੇ ਸਾਡੇ ਸਕੂਲ ਦਾ ਸਹਿਯੋਗ ਦੇਣ ਲਈ ਵੀ ਮੈਂ ਕਹਿੰਦੀ ਹਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਬਾਕੀ ਸਾਰੇ ਮੈਂਬਰਸ ਚਾਹੇ ਬਾਕੀ ਕਲੱਬਸ ਹੈਗੇ ਆ ਇੱਥੇ ਜਾਂ ਪੰਚਾਇਤ ਹੈ ਜਾਂ ਹੋਰ ਪਿੰਡ ਦੇ ਬਤਵੰਤ ਸੱਜਣ, ਅਸੀਂ ਸਾਰਿਆਂ ਨੂੰ ਹੀ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਸਕੂਲ ਦਾ ਵੱਧ ਤੋਂ ਵੱਧ ਸਕੂਲ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਕਿ ਜਿਹੜਾ ਹੈ ਇੰਨਾ ਪੁਰਾਣਾ ਸਕੂਲ ਹੈ, ਮੈਨੂੰ ਲੱਗਦਾ ਵੀ ਇਸ ਇਲਾਕੇ ਦੇ ਵਿੱਚ ਸਭ ਤੋਂ ਪਹਿਲਾਂ ਬਣਿਆ ਹੋਇਆ ਸਕੂਲ ਹੈ ਪਰ ਪਛੜ ਚੁੱਕਿਆ ਹੈ, ਤਾਂ ਆਪਾਂ ਰਲ ਕੇ ਇਸ ਨੂੰ ਉਸ ਥਾਂ 'ਤੇ ਲੈ ਕੇ ਜਾਈਏ ਜਿੱਥੇ ਇਹਦੀ ਥਾਂ ਬਣਦੀ ਹੈ, ਪਹਿਲੀਆਂ ਪੁਜੀਸ਼ਨਾਂ 'ਚ ਲੈ ਕੇ ਜਾਈਏ। ਉਹ ਤਾਂ ਹੀ ਬਣੂਗਾ ਜੇ ਵਿਦਿਆਰਥੀ, ਮਾਪੇ ਅਤੇ ਪਿੰਡ ਦੇ ਵਿਦਵੰਤ ਦੇ ਲੋਕ ਜਿਹੜੇ ਹੈ ਉਹ ਸਾਥ ਦੇਣਗੇ ਤਾਂ ਹੀ ਇਹ ਸੰਭਵ ਹੋ ਸਕਦਾ ਹੈ। ਤਾਂ ਸਾਰੇ ਹੀ ਪਿੰਡ ਵਾਸੀਆਂ ਦਾ, ਕਲੱਬ ਮੈਂਬਰਸ ਦਾ ਬਹੁਤ ਬਹੁਤ ਧੰਨਵਾਦ ਅਤੇ ਬੱਚਿਆਂ ਦਾ ਖਾਸ ਤੌਰ 'ਤੇ ਬਹੁਤ ਬਹੁਤ ਧੰਨਵਾਦ। ਕਿਉਂਕਿ ਸਿੱਖਿਆ ਦੇ ਬਿਨਾਂ ਮਨੁੱਖ ਜਿਹੜਾ ਉਹ ਕਹਿੰਦੇ ਪਸ਼ੂਆਂ ਦੇ ਸਮਾਨ ਜਿਵੇਂ ਨਾਲ ਅੰਧ ਵਿਸ਼ਵਾਸ ਪੈਦਾ ਹੁੰਦਾ, ਅਗਿਆਨ ਦੇ ਨਾਲ ਅੰਧ ਵਿਸ਼ਵਾਸ ਪੈਦਾ ਹੁੰਦਾ, ਅੰਧ ਵਿਸ਼ਵਾਸ ਦੇ ਨਾਲ ਅੰਧ ਭਗਤੀ, ਅੰਧ ਭਗਤੀ ਪੈਦਾ ਹੋ ਜਾਂਦੀ ਹੈ। ਆਪਾਂ ਇਹਨੇ ਬੈਠੇ ਕਿਤੇ ਕਾਹੇ ਦੇ ਭਗਤ ਬਣ ਗਏ, ਕਿਤੇ ਕਾਹੇ ਦੇ ਭਗਤ ਬਣ ਗਏ। ਅਗਿਆਨ ਦੇ ਨਾਲ ਅੰਧ ਵਿਸ਼ਵਾਸ ਪੈਦਾ ਹੁੰਦਾ ਹੈ, ਅੰਧ ਵਿਸ਼ਵਾਸ ਦੇ ਨਾਲ ਅੰਧ ਭਗਤੀ ਪੈਦਾ ਹੁੰਦੀ ਹੈ। ਜਦੋਂ ਅੰਧ ਪਰਸ ਵਿਵੇਕ ਹੈ ਜਿਹੜੀ ਉਹ ਆਪਣਾ